ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਸ਼੍ਰੀ ਮੁਕਤਸਰ ਸਾਹਿਬ ਵਿਖੇ ਹਿੰਦੁਸਤਾਨ ਲੀਵਰ ਕੰਪਨੀ ਦੇ ਡੀਲਰਾਂ ਨੇ ਫੜਿਆ ਬ੍ਰਾਂਡਡ ਕੰਪਨੀਆਂ ਦਾ ਨਕਲੀ ਸਮਾਨ ਜੋ ਕਿ ਇੱਕ ਛੋਟੇ ਹਾਥੀ ਵਿੱਚ ਭਰਿਆ ਹੋਇਆ ਸੀ, ਜਿਸ ਵਿੱਚ ਨੈਸਲੇ ਕੰਪਨੀ ਦਾ ਮੈਗੀ ਮਸਾਲਾ, ਸਰਫ ਐਕਸਲ, ਨਕਲੀ ਹਾਰਪਿਕ ਆਦਿ ਸਮਾਨ ਬਰਾਮਦ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਦੋਂ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਮੋਹਨ ਲਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਅਤੇ ਅਸੀਂ ਸਾਰੇ ਸਮਾਨ ਨੂੰ ਜ਼ਬਤ ਕਰਕੇ ਥਾਣੇ ਲਿਆਂਦਾ ਹੈ ਅਤੇ ਤਫਤੀਸ਼ ਜਾਰੀ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਬਲਵੰਤ ਸਿੰਘ ਸੰਮੇਵਾਲੀ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ ਵੀਰੇ, ਕੀ ਮਸਲਾ? ਮੇਰਾ ਨਾਮ ਸ਼ੈਂਪੀ ਢਿੱਲੋਂ ਹੈ ਜੀ। ਆਪਣੇ ਕੋਲ ਹਿੰਦੁਸਤਾਨ ਲੀਵਰ ਮੁਕਤਸਰ ਦਾ ਕੰਮ ਹੈ ਅਤੇ ਆਉਣਾ ਹੀ ਅੱਜ ਸਾਨੂੰ, ਅਸੀਂ ਬਹੁਤ ਪਰੇਸ਼ਾਨ ਹੋ ਰਹੇ ਹਾਂ ਵੀ ਜਿਹੜਾ ਮਾਲ ਮੁਕਤਸਰ 'ਚ ਨਕਲੀ ਵਿਕ ਰਿਹਾ ਨਾ ਜੀ, ਉਹਦੀ ਪਰੇਸ਼ਾਨੀ ਕਰਕੇ ਅਸੀਂ ਬਹੁਤ ਮਤਲਬ ਕਿ ਹਰਾਸ ਹੋਈ ਜਾਂਦੇ ਸੀਗੇ। ਦੁਕਾਨਦਾਰਾਂ ਦੀ ਕੰਪਲੇਂਟ ਸੀਗੀ, ਕੁਦਰਤੀ ਰੱਬ ਵੱਲੋਂ ਅੱਜ ਬੰਦਾ ਟੱਕਰ ਗਿਆ ਸਾਨੂੰ ਅਤੇ ਗੱਡੀ ਫੜੀ ਉਹਦੇ 'ਚ ਅਤੇ ਸਾਨੂੰ ਨਕਲੀ ਮਾਲ ਮਿਲਿਆ ਅਤੇ ਅਸੀਂ ਫੜ ਕੇ ਬਾਈ ਪਿੰਦਰਪਾਲ ਜੀ ਨੂੰ ਵਿਜੀਲੈਂਸ ਵਾਲਿਆਂ ਨੂੰ ਕੀਤਾ ਫੋਨ ਅਤੇ ਉਹਨਾਂ ਨੇ ਅਗਲੀ ਕਾਰਵਾਈ ਪਵਾ ਦਿੱਤੀ ਹੈ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਨਕਲੀ ਆ ਮਾਲ? ਇਹ ਨਕਲੀ ਮਾਲ ਜੀ, ਸਾਨੂੰ ਕਿਸੇ ਦੁਕਾਨਦਾਰ ਨੇ ਇਤਲਾਹ ਕੀਤੀ ਵੀ ਐਂ ਕਰਕੇ ਵੀ ਮਾਲ ਲਈ ਜਾਂਦਾ ਦੂਜਾ, ਅਤੇ ਅਸੀਂ ਨਾਲ ਨਾਲ ਕਾਰਵਾਈ ਪਵਾਈ, ਨਾਲ ਕੰਪਨੀ ਦੇ ਅਫਸਰ ਆਏ ਹੋਏ ਸੀਗੇ, ਨਾਲ ਵਿਜੀਲੈਂਸ ਵਾਲੇ ਪਿੰਦਰਪਾਲ ਜੀ ਸੀਗੇ, ਉਹਨਾਂ ਨੇ ਮੌਕੇ 'ਤੇ ਕਾਰਵਾਈ ਪਵਾ ਕੇ ਸਾਡਾ ਸਾਥ ਦਿੱਤਾ ਅਤੇ ਹੁਣ ਗੱਡੀ ਸਿਟੀ ਥਾਣੇ 'ਚ ਖੜਾਈ ਵੀ ਹੈ। ਸਾਰਾ ਮਾਲ ਜਿਹੜਾ ਨਕਲੀ ਹੈ ਆਹ ਤੁਸੀਂ ਵੇਖ ਸਕਦੇ ਹੋ, ਹਾਰਪਿਕ ਹੋਇਆ, ਤੁਸੀਂ ਇੱਧਰ ਦੇਖੋ ਜੀ ਕੈਮਰੇ ਵੱਲ, ਹਾਰਪਿਕ, ਸਰਫ ਐਕਸਲ ਅਤੇ ਹਿੱਟ ਵਗੈਰਾ, ਹੋਰ ਬਹੁਤ ਸਾਰੀਆਂ ਚੀਜ਼ਾਂ। ਕਸਟਮਰ ਕਿਵੇਂ ਪਹਿਚਾਣ ਕਰੂ? ਕਸਟਮਰ ਨੂੰ ਪਹਿਚਾਣ ਹੋ ਹੀ ਨਹੀਂ ਸਕਦੀ, ਦੁਕਾਨਦਾਰ ਆਪਦੇ ਫਾਇਦੇ ਵਾਸਤੇ, ਮੀਨਸ ਜਿਹੜੇ ਦੁਕਾਨਦਾਰ ਲੋਕਾਂ ਦਾ ਫਾਇਦਾ ਨਹੀਂ ਸੋਚਦੇ, ਆਪਦੇ ਕਸਟਮਰ ਦਾ ਫਾਇਦਾ ਨਹੀਂ ਸੋਚਦੇ, ਆਪਦੇ ਫਾਇਦੇ ਵਾਸਤੇ ਨਕਲੀ ਚੀਜ਼ਾਂ ਮੰਗਾ ਕੇ ਵੇਚੀ ਜਾਂਦੇ ਨਾਲੇ ਤਾਂ। ਇਹ ਦੋ ਹਾਰਪਿਕ ਤੁਹਾਡੇ ਹੱਥ? ਹਾਂਜੀ। ਕਿਹੜਾ ਨਕਲੀ ਹੈ, ਕਿਹੜਾ ਅਸਲੀ? ਆਹ ਨਕਲੀ ਹੈ ਜੀ, ਅਸਲੀ ਹੈ, ਇਹ ਆਹ ਅਸਲੀ ਹੈ ਜੀ, ਜਿਹੜੇ ਨਵੇਂ ਵਾਲਾ। ਨਕਲੀ ਕਿਹੜਾ? ਆਹ ਨਕਲੀ ਹੈ ਜੀ, ਆਹ ਅਸਲੀ ਹੈ ਜੀ। ਪ੍ਰਾਈਜ਼ ਦੋਨਾਂ ਦੇ ਸੇਮ? ਹਾਂਜੀ, ਪ੍ਰਾਈਜ਼ ਦੋਵਾਂ ਦੇ ਸੇਮ ਹੀ ਹੁੰਦੇ ਆ ਜੀ। ਇਹਦਾ 86 MRP ਇਹਦਾ 99 ਹੈ ਜੀ, ਜਿਵੇਂ ਨਵਾਂ ਮਾਲ ਆ 21 ਦਾ ਮਾਲ ਆ ਅਤੇ ਇਹ 520 ਦਾ ਮਾਲ ਆ ਜੀ। ਜਿਵੇਂ ਐਕਸਲ ਵੀ ਆ ਤੁਹਾਡੇ ਹੱਥ? ਹਾਂਜੀ, ਤਾਂ ਦੱਸੋਗੇ ਕਿਹੜਾ? ਸਰਫ ਐਕਸਲ ਵੀ ਆਈ ਆ ਜੀ, ਆਹ ਅਸਲੀ ਐਕਸਲ ਹੈ ਜੀ, ਆਹ ਨਕਲੀ ਹੈ ਜੀ। ਇਹ ਮਤਲਬ ਕਿ ਅਸੀਂ ਦੁਕਾਨਦਾਰ ਦਾ ਸਾਰਾ ਜ਼ਿਆਦਾ ਸੇਲ ਹੋਣ ਵਾਲਾ ਪ੍ਰੋਡਕਟ ਹੀ ਇਹ ਹੈ ਵੀ ਇਹ ਸਾਡਾ ਹਫਤੇ ਦਾ 400-500 ਗੱਟਾ ਵਿਕ ਜਾਂਦਾ। ਕਸਟਮਰ ਕਿਵੇਂ ਪਛਾਣ ਕਰੇ ਵੀ ਅਸੀਂ ਲੱਗਣ? ਕੰਪਨੀ ਦੀ ਪਹਿਚਾਣ ਇਹ ਵੀ ਪਹਿਲੀ ਗੱਲ ਤਾਂ ਜੀ, ਦੁਕਾਨਦਾਰਾਂ ਨੂੰ ਇਹ ਚਾਹੀਦਾ ਵੀ ਜਿਹੜੇ ਬੰਦੇ ਇਹ ਮਾੜਾ ਕੰਮ ਕਰਦੇ ਆ ਉਹਨਾਂ ਕੋਲ ਸੌਦਾ ਲੈਣਾ ਬੰਦ ਕਰ ਦੇਣ। ਕੋਈ ਰੇਟ ਦਾ ਫਰਕ ਹੁੰਦਾ? ਰੇਟ ਦਾ ਫਰਕ ਹੁੰਦਾ ਜੀ, ਇਹਦਾ 700 ਰੁਪਏ ਦਾ ਗੱਟਾ ਜੀ, ਇਹਦਾ 1020 ਰੁਪਏ ਦਾ ਗੱਟਾ ਜੀ। ਹਾਰਪਿਕ ਦਾ? ਹਾਰਪਿਕ ਦਾ ਫਰਕ ਇਹ ਹੈ ਜੀ, ਜਿਹੜਾ 99 ਪ੍ਰਿੰਟ ਵਾਲਾ ਦੁਕਾਨਦਾਰ ਨੂੰ 78 ਰੁਪਈਆਂ ਦਾ ਪੈਂਦਾ, ਜਿਹੜਾ ਨਕਲੀ ਹੈ ਉਹ 86 ਪ੍ਰਿੰਟ ਵਾਲਾ 43 ਰੁਪਈਆਂ ਦਾ ਪੈਂਦਾ ਜੀ, 50% ਡਿਸਕਾਊਂਟ 'ਤੇ ਆਉਂਦਾ। ਤੁਸੀਂ ਲਿਖਤੀ ਸ਼ਿਕਾਇਤ ਕੀਤੀ ਜੀ ਕਿਸੇ ਨੂੰ ਇਹਦੀ? ਲਿਖਤੀ ਸ਼ਿਕਾਇਤ ਕਿਸੇ ਨੂੰ ਨਹੀਂ ਕੀਤੀ ਸੀਗੀ, ਅਸੀਂ ਬੰਦਾ ਸਾਨੂੰ ਸਾਡੀ ਨਿਗਾਹ 'ਚ ਸੀਗਾ। ਕਿਹੜਾ ਬੰਦਾ ਜੀ, ਕੋਈ ਜਾਣਦੇ ਹੋ? ਉਹ ਬੰਦਾ ਇੱਧਰ ਦੇਖੋ ਜੀ ਕੈਮਰੇ ਵੱਲ, ਨਹੀਂ ਦੋਸ਼ੀ ਦਾ ਨਾਂ ਜਾਣਦੇ? ਦੋਸ਼ੀ ਦਾ ਨਾਂ ਨਹੀਂ ਜਾਣਦੇ ਜੀ, ਬੰਦਾ ਮਾਨਸੇ ਤੋਂ ਆਇਆ, ਮਾਨਸੇ ਤੋਂ ਸਪਲਾਈ ਹੁੰਦੀ ਸੀ ਸਾਰੇ ਪੰਜਾਬ ਨੂੰ। ਕਿਹਦੇ ਕੋਲ ਆਇਆ ਸੀ? ਇਹ ਸਪਲਾਈ ਹੋਈ ਹੈ ਜੀ ਆਪਣੀ ਘਾਹ ਮੰਡੀ ਚੌਂਕ 'ਚ। ਕੋਈ ਦੁਕਾਨਦਾਰ ਦਾ ਨਾਂ ਜਾਣਦੇ? ਹਾਂ, ਦੁਕਾਨਦਾਰ ਦਾ ਨਾਮ, ਚਲੋ ਕੋਈ ਗੱਲ ਨਹੀਂ, ਦੁਕਾਨਦਾਰ ਸਾਰੇ ਆਪਦੇ ਹੁੰਦੇ, ਪਰ ਅਸੀਂ ਇਹ ਸਮਝਾਉਣਾ ਚਾਹੁੰਦੇ ਹਾਂ ਵੀ ਮਤਲਬ ਕਿ ਜਿਹੜਾ ਕੰਮ ਮਾੜਾ ਉਹ ਨਾ ਕੀਤਾ ਜਾਵੇ ਵੀ ਦੁਕਾਨਦਾਰ ਜਿਹਦੇ ਕੋਲ ਸਮਾਨ ਪਿਆ ਸੀ। ਇਹ ਦੁਕਾਨਦਾਰ ਦਾ ਨਾਮ ਇਹ ਸੀਗਾ ਜੀ, ਵਿਨੇ ਦੀ ਦੁਕਾਨ ਤੇ ਸਮਾਨ ਲਈ ਜਾਂਦਾ ਸੀ ਜੀ, ਵਿਨੇ ਦੁਕਾਨ ਤੇ ਸਮਾਨ ਲਈ ਜਾਂਦੇ। ਸਾਡੀ ਕੰਪਨੀ ਵਾਲਿਆਂ ਨੇ ਮੇਨ ਕਾਰਵਾਈ ਪਵਾ ਕੇ ਤੇ ਪਿੰਦਰ ਭਾਜੀ ਨਾਲ ਸਾਡੇ ਬਹੁਤ ਚੰਗੇ ਰਿਲੇਸ਼ਨ ਹੈ, ਅਸੀਂ ਉਹਨਾਂ ਨੂੰ ਫੋਨ ਮਾਰਿਆ, ਉਹਨਾਂ ਨੇ ਮੌਕੇ ਦੀ ਕਾਰਵਾਈ ਸੰਭਾਲੀ ਤੇ ਗੱਡੀ ਨੂੰ ਆਪਦੇ ਅੰਡਰ ਅਰੈਸਟ ਕੀਤਾ। ਕਿੰਨਾ ਮਾਲ ਬਰਾਮਦ ਹੋਇਆ? ਮਾਲ ਇਹਦੇ 'ਚ 30 ਗੱਟੇ ਹੈਗੇ ਆ ਜੀ, ਸਰਫ ਐਕਸਲ 10 ਰੁਪਈਆਂ ਵਾਲਾ। ਇਹਦੀ ਕੀਮਤ 30,000 ਰੁਪਈਆ ਜੀ। ਜੇ ਜੈਨੂਅਨ ਲਈਏ ਤਾਂ ਉਹ ਕਿੰਨੇ ਦਾ ਹੋਊਗਾ? ਜੇ ਜੈਨੂਅਨ ਲੈਣਾ ਉਹ 50,000 ਰੁਪਈਆ ਦਾ। ਮਤਲਬ ਕਿ ਵੀ ਐਂ ਹਾਰਪਿਕ ਹੈ ਜੀ, ਜਿਹੜੇ ਹਾਰਪਿਕ ਦੀਆਂ 7 ਪੇਟੀਆਂ ਉਹ ਨਕਲੀ ਮਾਲ ਹੈ, ਉਹ ਹੈਗਾ ਜੀ ਸਾਰਾ 6,000 ਰੁਪਏ ਦਾ, ਅਸਲੀ ਮਾਲ 18,000 ਰੁਪਏ ਦਾ ਜੀ। ਮਤਲਬ ਕਿ ਐਂ ਦੁਕਾਨਦਾਰ ਆਪਦੇ ਫਾਇਦਾ ਸੋਚਣ ਵਾਸਤੇ ਇਹ ਕੰਮ ਕਰਦੇ ਹੁੰਦੇ। ਅਸੀਂ ਤਾਂ ਇਹ ਕੰਮ ਕਰਦੇ ਹਾਂ ਜੀ, ਜਿਹੜਾ ਜਿੱਥੋਂ ਆਉਂਦਾ ਮਾਲ ਉਹਦੇ 'ਤੇ ਕਾਰਵਾਈ ਕੀਤੀ ਜਾਵੇ ਅਤੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਵੀ ਜਿਹੜੇ ਬੰਦੇ ਨਾਲ ਤੁਹਾਨੂੰ ਲੱਗਦਾ ਵੀ ਮਾਲ ਸਹੀ ਨਹੀਂ ਹੈਗਾ, ਤੁਸੀਂ ਕੰਪਨੀ ਵਾਲਿਆਂ ਦਾ ਸਾਥ ਦਿਓ, ਡਿਸਟ੍ਰੀਬਿਊਟਰ ਤੋਂ ਹੀ ਮਾਲ ਲਓ, ਕਿਸੇ ਐਵੇਂ ਰਾਹ ਜਾਂਦੇ ਬੰਦੇ ਤੋਂ ਕਿਸੇ ਤੋਂ ਮਾਲ ਖਰੀਦਣ ਦੀ ਨਾ ਖੇਚਲ ਕਰੋ। ਇੱਕ ਮਿੰਟ ਖੜ ਜੀ। ਅੱਜ ਸਾਡੇ ਸਾਹਮਣੇ ਮਾਮਲਾ ਆਇਆ, ਇੱਕ ਟੈਂਪੂ ਹੈਗਾ ਹਿੰਦੁਸਤਾਨ ਲੀਵਰ ਵਾਲਿਆਂ ਨੇ ਇੱਥੋਂ ਮੁਕਤਸਰੋਂ ਫੜਿਆ, ਜਿਹਦੇ ਵਿੱਚ ਕੁਛ ਹਾਰਪਲਿਕ ਦੇ ਪੈਕਟ ਅਤੇ ਕੁਛ ਮੈਗੀ ਮਸਾਲਾ, ਕੁਛ ਹਿੱਟ ਅਤੇ ਕੁਛ ਸਰਫ ਦੇ ਪੈਕਟ ਹੈਗੇ ਆ, ਜਿਹਦੇ ਜੋ ਕਹਿੰਦੇ ਡੁਪਲੀਕੇਟ ਹੈ, ਪਰ ਅਸੀਂ ਐਕਸਪਰਟ ਨੂੰ ਕਬਜ਼ੇ 'ਚ ਲੈ ਲਿਆ, ਐਕਸਪਰਟ ਬੁਲਾ ਰਹੇ ਹਾਂ, ਐਕਸਪਰਟ ਦੀ ਰਿਪੋਰਟ ਲੈਣ ਤੋਂ ਬਾਅਦ ਉਸ ਅੱਗੇ ਉਹਦੀ ਕਾਰਵਾਈ ਕੀਤੀ ਜਾਊਗੀ।